किस किस दा माण करिए, उस दी दित्ती दात नूं किवें बयां करिए। खिड़दी जिंदगी है जिस वल वी नज़र करिए, असी अपने रब नूं फिर क्यों ना याद करिए। सावां दित्तियां, सोना चांदी दित्ता, सब नूं रूप सलोना दित्ता, जिस नूं जिस लई रचिया सी, सब ने अपना फर्ज पूरा कीता। एक इंसान ही इहो जी रचना है, भुल गया उस नूं किस लई रचिया सी। पुछदी नहीं है मेहंदी रब नूं, मैं किस लई इत्थे आई सी, जे मिट गई तां की होया, मैं तां रंग सजाण ही आई सी। ए सतिंदर वेखो, इस रंग बिरंगी दुनिया विच किवें मेहंदी ने अपना फर्ज निभाया है, मेहंदी ने अपना फर्ज निभाया है। सारे दर्शकों नूं मेरे वलों सत श्री अकाल, नमस्कार ते अदाबर्स। नीले आसमान थले वसदे हर एक इंसान लई खुशहाली की दुआ मंगते हुए अज का अनमोल विरसा शुरू करते हाँ। दर्शको, इस विज्ञानिक युग दे विच हर रोज़ हो रही खोज वेख असी हैरान भी नहीं होंगे। सवेरे धरती ते सौं के उठना ते रात नूं चंद ते सौण जाण वाली सीढ़ी साडे लई तैयार खड़ी है। की हैरान होवांगे जद विज्ञान साडे चारे पासे बिखरिया पिया है। किन्हां चीज़ां दा अज असी इस्तेमाल करदे हाँ, प्रकृतिक चीज़ां दा जां विज्ञान तों जन्मी हुई चीज़ां दा। अज असी 21वीं सदी दे झूले विच आराम नाल झूल रहे हाँ। बटन दबांदे ही गर्मी दा मौसम सर्दी दे विच बदल जांदा है, ते एक होर बटन छूंदे ही सर्दी घर तो बाहर चली जाती है ते गर्मी नूं अंदर भेज देंदी है। दशको, कुदरत ते रब ने सानू अनगिनत तोहफ़िआं दे नाल नवाजिया है, जिन्हां दी गिनती करनी सारी उम्र भी संभव नहीं है। सानू हमेशा उन्हां दा शुक्र गुजार होना चाहिदा है। किन्नी हैरानी वाली गल है कि इंसानी सभ्यता ने जदों ही अख खोली सी, उस वेले कीती गई खोज नूं संसार ने अज भी अपनी जिंदगी विच बड़े माण नाल सजा के रख्या होया है। प्यारे दर्शको, अज असी उस सच नाल जुड़न जा रहे हाँ जिहड़ा हजारां साल पहलां तो लै के अज तक अपना पवित्र ला रंग साडे हत्थां ते छड्डण दी रीत कदे नहीं भुलिया। हाँ जी, पहुँच गई ना एक खास खुशबू तुहाडे तक। अज असी मेहंदी दे हरे हरे पत्तियां दी गल करन जा रहे हाँ। इस दे गूढ़े लाल रंग दी अहमियत किसी गहने कपड़े तो घट नहीं मन्नी गई। ਵਿਰਸੇ ਦੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਹਿੰਦੀ ਜਿਹੜੀ ਸਦੀਆਂ ਤੋਂ ਕੁੜੀਆਂ ਅਤੇ ਦੁਲਹਨ ਦੀ ਖੂਬਸੂਰਤੀ ਗਹਿਣੇ ਕੱਪੜਿਆਂ ਵਾਂਗ ਹੀ ਵਧਾਉਂਦੀ ਚਲੀ ਆ ਰਹੀ ਹੈ, ਇਹ ਪਰੰਪਰਾਗਤ ਤਰੀਕੇ ਦੇ ਨਾਲ ਹੱਥਾਂ ਪੈਰਾਂ ਨੂੰ ਸਜਾਉਣ ਦਾ ਇੱਕ ਸੁੰਦਰ ਤਰੀਕਾ ਹੈ। ਮਹਿੰਦੀ ਨੂੰ ਅੱਜ ਦੇ ਡੱਬਿਆਂ ਦੇ ਵਿੱਚ ਬੰਦ ਹਾਈ ਕਲਾਸ ਕੋਸਮੈਟਿਕ ਦੇ ਸ਼ੁਰੂਆਤੀ ਦੌਰ ਦੀ ਪਹਿਲੀ ਲੜੀ ਵੀ ਕਿਹਾ ਜਾ ਸਕਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਅੱਜ ਦੇ ਸੁਣੇ ਸੁਣੇ ਗਲੇ ਦੇ ਹਾਰ ਦੀ ਸ਼ੁਰੂਆਤ ਮੋਤੀਆਂ ਅਤੇ ਹਾਰ ਸ਼ਿੰਗਾਰ ਦੇ ਫੁੱਲਾਂ ਨੂੰ ਪਰੋ ਕੇ ਹੋਈ ਸੀ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਮਹਿੰਦੀ ਦੇ ਰੰਗ ਅਤੇ ਮਹਿਕ ਨੂੰ ਭਾਰਤ ਦੇ ਵਿੱਚ ਮੁਗਲ ਬਾਦਸ਼ਾਹ ਲੈ ਕੇ ਆਏ। ਯਾਤਰਾ ਦੇ ਦੌਰਾਨ ਆਪਣੀਆਂ ਰਾਣੀਆਂ ਲਈ ਤੋਹਫੇ ਦੇ ਤੌਰ 'ਤੇ ਲੈ ਕੇ ਆਉਂਦੇ ਸਨ ਇਹ ਮਹਿੰਦੀ। ਸਾਡੀਆਂ ਉਹ ਭੈਣਾਂ ਜਿਨ੍ਹਾਂ ਨੇ ਬਚਪਨ ਵਿੱਚ ਦੋ ਗੁੱਤਾਂ ਕੀਤੇ, ਮਸਤੀ ਭਰੇ ਦਿਨ ਇੱਥੋਂ ਦੂਰ ਵਸਦੇ ਆਪਣੇ ਇੱਕ ਹੋਰ ਦੇਸ਼ ਦੇ ਵਿੱਚ ਬਿਤਾਏ, ਉਹਨਾਂ ਨੂੰ ਤਾਂ ਜ਼ਰੂਰ ਅਹਿਸਾਸ ਹੋਵੇਗਾ ਅਤੇ ਉਸ ਦੀ ਭਿੰਨੀ ਭਿੰਨੀ ਖੁਸ਼ਬੂ ਉਹਨਾਂ ਨੂੰ ਅੱਜ ਵੀ ਨਹੀਂ ਭੁੱਲੀ ਹੋਵੇਗੀ। ਉਹ ਸਿਲ ਵੱਟੇ 'ਤੇ ਪਾਣੀ ਦਾ ਛਿੱਟਾ ਪਾ ਕੇ ਛੋਟੇ ਛੋਟੇ ਪੱਤਿਆਂ ਨੂੰ ਕਦੇ ਮੰਮੀ ਨੂੰ ਪੀਸਦੇ ਵੇਖਿਆ ਹੋਣਾ ਹੈ ਅਤੇ ਕਦੇ ਛੋਟੇ ਛੋਟੇ ਹੱਥਾਂ ਦੇ ਨਾਲ ਆਪ ਪੀਸਣ ਦੀ ਜਿੱਦ ਕੀਤੀ ਹੋਣੀ ਹੈ। ਫਿਰ ਪੀਸੀ ਮਹਿੰਦੀ ਹੱਥ 'ਤੇ ਰੱਖ, ਮੁੱਠੀ ਬੰਦ ਕਰ, ਬੜੀ ਚੇਤੀ ਦੇ ਨਾਲ ਹੱਥ ਧੋ ਕੇ ਰੁੱਸ ਜਾਣ ਵਾਲੇ ਦਿਨ ਭਲਾ ਕੌਣ ਭੁੱਲ ਸਕਦਾ ਹੈ। ਕਰਵਾ ਚੌਥ ਵਾਲੇ ਦਿਨ ਆਪਣੀ ਮਾਂ ਜੀ ਨਾਲ ਮਹਿੰਦੀ ਲਾਉਣ ਦੀ ਜ਼ਿੱਦ ਕਰਨ ਦਾ ਉਹ ਵਕਤ ਅੱਜ ਸਿਰਫ ਅੱਖਾਂ ਦੇ ਪਿੱਛੇ ਕਿਸੇ ਕੋਨੇ ਵਿੱਚ ਬੈਠਾ ਹੀ ਵੇਖਿਆ ਜਾ ਸਕਦਾ ਹੈ ਅਤੇ ਥੋੜ੍ਹੀ ਦੇਰ ਲਈ ਖੁਸ਼ ਹੋਇਆ ਜਾ ਸਕਦਾ। ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਪਿਆਰੇ ਦਰਸ਼ਕੋ, ਅੱਜ ਤੋਂ 5000 ਸਾਲ ਪਹਿਲਾਂ ਹਰੇ ਪੱਤਿਆਂ ਵਿੱਚੋਂ ਨਿਕਲੇ ਲਾਲ ਰੰਗ ਦਾ ਚੱਲਣ ਸ਼ੁਰੂ ਹੋਇਆ, ਜਿਸ ਨੂੰ ਭਾਰਤ ਦੇ ਵਿੱਚ ਮਹਿੰਦੀ ਦਾ ਨਾਮ ਦਿੱਤਾ ਗਿਆ। ਇਜਿਪਟ ਤੋਂ ਚੱਲ ਕਈ ਦੇਸ਼ਾਂ ਨੂੰ ਆਪਣੇ ਰੰਗ ਦੇ ਵਿੱਚ ਰੰਗਦੀ ਹੋਈ ਮਹਿੰਦੀ ਦੇ ਲਈ ਅੱਜ ਅਜਿਹਾ ਕੋਈ ਵੀ ਘਰ ਨਹੀਂ ਹੋਵੇਗਾ ਜੋ ਵਿਆਹ ਸ਼ਾਦੀ ਦੇ ਸ਼ੁਭ ਮੌਕੇ 'ਤੇ ਮਹਿੰਦੀ ਨੂੰ ਆਪਣੇ ਘਰ ਬੁਲਾਉਣਾ ਭੁੱਲ ਗਿਆ ਹੋਵੇ। ਅੱਜ ਕਿੰਨੇ ਹੀ ਤਰ੍ਹਾਂ ਦੇ ਗਹਿਣਿਆਂ ਨਾਲ ਸੱਜਣ ਦਾ ਰਿਵਾਜ਼ ਹੈ, ਲੇਕਿਨ ਇੱਕ ਸਮਾਂ ਸੀ ਜਦ ਠੰਡਕ ਪਹੁੰਚਾਉਣ ਵਾਲਾ ਇਹ ਲਾਲ ਰੰਗ ਉਂਗਲੀਆਂ ਰੰਗਣ ਤੱਕ ਹੀ ਸੀਮਤ ਸੀ। ਲੇਕਿਨ ਚਿੱਤਰਕਾਰੀ ਦੇ ਇਸ ਰੰਗ ਦੇ ਨਾਲ ਹੱਥ ਪੈਰ ਗਲੇ ਆਦਿ ਨੂੰ ਵੀ ਸਜਾਉਣਾ ਸ਼ੁਰੂ ਕਰ ਦਿੱਤਾ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਜ਼ਰੂਰ ਪਸੰਦ ਆਈ ਹੋਵੇਗੀ। ਦਰਸ਼ਕੋ, ਅੱਜ ਦਾ ਸ਼ੋਅ ਖਤਮ ਕਰਨ ਤੋਂ ਪਹਿਲਾਂ ਇੰਨਾ ਹੀ ਕਹਿਣਾ ਚਾਹਵਾਂਗੀ, ਹੀਰੇ ਮੋਤੀ ਸੋਨੇ ਚਾਂਦੀ ਆਦਿ ਭੂਸ਼ਣਾਂ ਦੇ ਨਾਲ ਆਪਣੇ ਆਪ ਨੂੰ ਜ਼ਰੂਰ ਸਜਾਇਆ ਜਾਵੇ, ਲੇਕਿਨ ਅਸਲੀ ਖੂਬਸੂਰਤੀ ਤਾਂ ਉਹੀ ਹੈ
ਜਾਂ ਸਾਡਾ ਸਾਰਿਆਂ ਦਾ ਦਿਲ ਦਿਆ ਪਿਆਰ ਅਤੇ ਰੱਬ ਦੇ ਨਾਂ ਵਰਗੇ ਬੇਸ਼ਕੀਮਤੀ ਆਭੂਸ਼ਣਾਂ ਦੇ ਨਾਲ ਸਜਿਆ ਹੋਵੇ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਅਗਲੇ ਹਫ਼ਤੇ ਫਿਰ ਮਿਲਣ ਦਾ ਵਾਅਦਾ ਕਰਦੇ ਹੋਏ।